ਪਹਿਲੇ ਤੇ ਮੈਂ ਆਪਣੀ ਕੌਮ ਤੋਂ 11 ਬੈਟ ਜੋੜ ਕੇ ਮਾਫੀ ਮੰਗਦਾ, ਕਿਉਂਕਿ ਵਿਚਾਰਿਆਂ ਦੇ ਦਿਲ ਵੀ ਟੁੱਟੇ ਤੇ ਟੀਵੀ ਵੀ ਟੁੱਟੇ। ਅੱਜ ਇੱਕ ਗੱਲ ਸਾਬਤ ਹੋ ਗਈ ਹੈ ਕਿ ਜਿਸ ਦਿਨ ਕੋਹਲੀ ਨੇ ਨਹੀਂ ਖੇਡਣਾ ਤੇ ਟੀਮ ਦੇ ਬਾਕੀ ਭਾਂਡਿਆਂ ਨੇ ਵੀ ਨਹੀਂ ਖੇਡਣਾ। ਤੇ ਹੁਣ ਤੁਸੀਂ ਸੋਚੋਗੇ ਕਿ ਮੈਂ ਕਿਉਂ ਨਹੀਂ ਖੇਡਿਆ। ਮੈਂ ਇਸ ਲਈ ਨਹੀਂ ਖੇਡਿਆ ਕਿ ਅਗਲਿਆਂ ਨੇ ਮੈਨੂੰ ਖੇਡਣ ਨਹੀਂ ਦਿੱਤਾ। ਪਾਕਿਸਤਾਨ ਦੀ ਇਹੋ ਜਿਹੀ ਤਬਾਹਕੁਨ ਬੋਲਿੰਗ ਮੈਂ ਜ਼ਿੰਦਗੀ 'ਚ ਨਹੀਂ ਵੇਖੀ। ਮੈਨੂੰ ਤਾਂ ਇੰਝ ਲੱਗਣ ਡਿਆ ਸੀ ਜਿਵੇਂ ਬਾਰਡਰ 'ਤੇ ਗੋਲੀਆਂ ਚੱਲਣ ਡਈਆਂ ਨੇ। ਮੈਂ ਤਾਂ ਫਿਰ ਕੈਚ ਫੜਾ ਕੇ ਪਵੀਲੀਅਨ ਦੇ ਵਿੱਚ ਬਾਕੀਆਂ ਦਾ ਖੂਬ ਮਜ਼ਾ ਲਿਆ। ਅਤੇ ਜਿਸ ਵਕਤ ਧੋਨੀ 'ਤੇ ਫੈਰ ਖਾ ਕੇ ਵਾਪਸ ਆਇਆ, ਮੈਂ ਫੌਰਨ ਸਮਝ ਗਿਆ ਕਿ ਅੱਜ ਸਾਡੀ ਮੁੰਨੀ ਬਦਨਾਮ ਹੋਵੇ ਹੀ ਹੋਵੇ। ਬਹਿਰਹਾਲ ਮੈਂ ਹੋਰ ਕੀ ਸਫਾਈ ਪੇਸ਼ ਕਰਾਂ, ਸਾਰਾ ਮੈਚ ਕੌਮ ਨੇ ਅੱਖਾਂ ਨਾਲ ਵੇਖਿਆ, ਉਹ ਕਿਹੜਾ ਅੰਨੀ ਸੀ। ਅੱਗੇ ਤੋਂ ਤੁਸੀਂ ਕਹੋਗੇ ਤਾਂ ਖੇਡ ਲਾਂਗਾ, ਨਹੀਂ ਤਾਂ